ਤੁਸੀਂ ਯਤੀਮ ਮਸਕੀਨ ਹੋ ਮੰਨੋ ਜਿਹੜਾ ਕੇਕ ਆ ਤੂੰ ਯਤੀਮ ਹੈ ਚੱਲ ਸਾਈਡ ਤੇ ਹੋ ਅੱਛਾ ਜੀ ਇਹ ਜੀ ਦੋਸਤੋ ਮੈਂ ਹੂੰ ਖਾਨ ਅਲੀ ਤੇ ਸਿੰਧੀ ਸਰਾਇਕੀ ਬਲੋਚੀ ਪਠਾਨ ਮਾਜਰ ਸਾਰਿਆਂ ਨੂੰ ਮੇਰਾ ਸਲਾਮ ਪਹੁੰਚੇ ਅਸਲਾਮ ਅਲੈਕੁਮ ਉਸ ਤੋਂ ਬਾਅਦ ਈਦ ਮੁਬਾਰਕ ਸਾਰਿਆਂ ਨੂੰ ਤੇ ਆਹ ਸੋਚਿਆ ਕਿ ਰਾਤ ਨੂੰ ਇੱਕ ਗੱਲ ਬਹਿ ਕੇ ਸੋਚੀ ਕਿ ਯਾਰ ਕਿਹੜਾ ਕੰਟੈਂਟ ਬਣਾਈਏ ਐਸਾ ਤੇ ਹਰ ਕਿਸੇ ਨੇ ਰਿਸ਼ਤੇਦਾਰਾਂ ਨੂੰ ਮਿਲਣਾ ਤੇ ਆਂਢੀ ਗੁਆਂਢੀਆਂ ਨੂੰ ਮਿਲਣਾ ਤੇ ਆਹ ਸੋਚਿਆ ਸਾਰਿਆਂ ਨੇ ਕਿ ਯਾਰ ਚਲੋ ਈਦ ਦੀ ਨਮਾਜ਼ ਪੜ੍ਹ ਕੇ ਤੇ ਅਸੀਂ ਜਾ ਕੇ ਰੋਡ ਦੇ ਉੱਤੇ ਜਾ ਕੇ ਈਦ ਮਿਲਾਂਗੇ ਉਹਨਾਂ ਲੋਕਾਂ ਨੂੰ ਉਹਨਾਂ ਦੋਸਤਾਂ ਨੂੰ ਉਹਨਾਂ ਵੀਰਾਂ ਨੂੰ ਮਿਲਾਂਗੇ ਕਿ ਜਿਨ੍ਹਾਂ ਨੂੰ ਕੋਈ ਵੀ ਨਹੀਂ ਮਿਲਦਾ ਤੇ ਅਸੀਂ ਫਿਰ ਪਹੁੰਚੇ ਹਾਂ ਤੇ ਉਹਨਾਂ ਨੂੰ ਮਿਲਣ ਵਾਸਤੇ ਪਹੁੰਚਣ ਲੱਗੇ ਹਾਂ ਤੇ ਸਾਡੇ ਨਾਲ ਜੁੜਿਆ ਰਿਹਾ ਜੇ ਸਾਰਿਆਂ ਨੂੰ ਦਿਲ ਦੀ ਗਹਿਰਾਈਆਂ ਨਾਲ ਈਦ ਮੁਬਾਰਕ ਹੋਵੇ ਕੁੰਡੀ ਨਾ ਖੜਕਾ ਸੋਨੇ ਆ ਸਿੱਧਾ ਅੰਦਰ ਆ ਸਰੈਕੀ ਸਿੰਧੀ ਬਲੋਚੀ ਪਠਾਨ ਤੁਸੀਂ ਕੁੰਡੀ ਨਾ ਵੀ ਖੜਕਾਓ ਸਿੱਧਾ ਤੁਸੀਂ ਅੰਦਰ ਆ ਜਾਓ ਤੇ ਤੁਸੀਂ ਦਿੱਲੀ 'ਚ ਰਹਿੰਦੇ ਹੋ ਪੰਜਾਬੀ ਤੇ ਮੈਂ ਖੁਦ ਹਾਂ ਪੰਜਾਬੀਆਂ ਨੂੰ ਵੀ ਈਦ ਮੁਬਾਰਕ ਕਿਉਂਕਿ ਮੈਂ ਖੁਦ ਪੰਜਾਬੀ ਨੇ ਕਈ ਲੋਕ ਸੋਚਦੇ ਹੋਣੇ ਨੇ ਕਿ ਯਾਰ ਪੰਜਾਬੀਆਂ ਦਾ ਨਾਮ ਨਹੀਂ ਲੈਂਦਾ ਪੰਜਾਬੀ ਦਾ ਇਸ ਵਜ੍ਹਾ ਤੋਂ ਨਹੀਂ ਲੈਂਦਾ ਕਿ ਮੈਂ ਖੁਦ ਪੰਜਾਬੀ ਹਾਂ ਅਤੇ ਈਦ ਮੁਬਾਰਕ ਸਾਡਾ ਤਾਂ ਹਟ ਕੇ ਵੇ ਬਲੌਗ ਅਸਾਂ ਘਰ ਦੇ ਵਿੱਚ ਸੇਵੀਆਂ ਸੂਵੀਆਂ ਸਾਰਾ ਕੁਝ ਖਾ ਪੀ ਕੇ ਬਾਹਰ ਨਿਕਲੇ ਹਾਂ ਖੱਜਲ ਖਰਾਬੀ ਹੋਣ ਵਾਸਤੇ ਅਤੇ ਇਹ ਸਾਰੇ ਮੈਨੂੰ ਖਲੋਤੇ ਨੇ ਮਿਲਣ ਵਾਸਤੇ ਅਤੇ ਆਓ ਜੀ ਈਦ ਮੁਬਾਰਕ ਹੋਵੇ ਭਾਈ ਜਾਨ ਸਾਰਿਆਂ ਨੂੰ ਹਮਜ਼ਾ ਅਮੀਰ ਹਮਜ਼ਾ ਸਾਹਿਬ ਈਦ ਮੁਬਾਰਕ ਖੈਰ ਮੁਬਾਰਕ ਜੀ ਇਹ ਅਮੀਰ ਹਮਜ਼ਾ ਇਹ ਆਪ ਸਾਹਿਬ ਇੱਧਰ ਆਓ ਆਪ ਵੀ ਮਿਲੇ ਈਦ ਮੁਬਾਰਕ ਖੈਰ ਮੁਬਾਰਕ ਨਕਦ ਦੇਣੀ ਜੀ ਇੱਧਰ ਆਓ ਜੀ ਫਾਜ਼ ਸਾਹਿਬ ਇਹ ਫਾਜ਼ ਸਾਹਿਬ ਹੈ ਈਦ ਮੁਬਾਰਕ ਚੱਲ ਤੂੰ ਭਰਾ ਜਾ ਤੂੰ ਈਦ ਮੁਬਾਰਕ ਬਾਬਾ ਜੀ ਇਹ 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 ਸਾਡੇ ਬਾਬਾ ਜੀ ਨੇ ਸਾਡੇ ਨਾਲ ਹੀ ਹੁੰਦੇ ਨੇ ਅਤੇ ਕਦੀ ਕਦੀ ਉੱਡ ਜਾਂਦੇ ਨੇ ਮੁਹੱਬਤ ਕਰਨੇ ਵਾਲਾ ਉਹਨਾਂ ਤੋਂ ਮੁਹੱਬਤ ਮਿਲ ਹੀ ਜਾਤੀ ਹੈ ਮੁਹੱਬਤ ਹਮੇਸ਼ਾ ਬਾਂਟਨੇ ਸੇ ਮਿਲਤੀ ਹੈ ਤੋ ਮੇਰੀ ਹਮੇਸ਼ਾ ਸੋਚ ਇਹ ਹੈ ਕਿ ਯਾਰ ਇਨ ਲੋਕੋ ਕੋ ਮਿਲਣਾ ਇਸ ਲਈ ਚਾਹੀਏ ਹੀ ਈਦ ਕੇ ਬਾਅਦ ਵੀ ਮਿਲਣਾ ਚਾਹੀਏ ਕਿਉਂਕਿ ਇਹਨੂੰ ਨੇ ਹਮੇ ਕਹਾਂ ਸੇ ਕਹਾਂ ਪਹੁੰਚਾਇਆ ਇਨ ਲੋਕਾਂ ਨੇ ਕਹਾਂ ਸੇ ਕਹਾਂ ਪਹੁੰਚਾ ਦਿਆ ਔਰ ਮੇਰੀ ਹਮੇਸ਼ਾ ਸੋਚ ਹੈ ਕਿ ਇਹ ਮੇਰੇ ਇੱਕ ਫੈਮਿਲੀ ਮੈਂਬਰ ਕੀ ਤਰ੍ਹਾਂ ਕਿਉਂਕਿ ਇਹਨੂੰ ਨੇ ਇਨ ਲੋਕੋ ਨੇ ਹੀ ਮੁਝੇ ਸਪੋਰਟ ਕਰਕੇ ਯਹਾਂ ਪਹੁੰਚਾਇਆ ਕੁਛ ਵੀ ਨਹੀਂ ਥਾ ਕੁਛ ਵੀ ਨਹੀਂ ਥਾ ਇਹ ਵੋ ਲੋਕ ਹੈ ਜਿਨ੍ਹਾਂ ਨੇ ਮੁਝੇ ਯੂਟਿਊਬ ਪਰ ਦੇਖਾ ਯੂਟਿਊਬ ਪਰ ਦੇਖ ਕਰ ਇਤਨੀ ਮੁਹੱਬਤ ਦੀ ਇਤਨਾ ਪਿਆਰ ਦੀਆ ਤੋ ਪਿਆਰ ਤੋਂ ਫਿਰ ਦੇਣਾ ਪੜਤਾ ਹੈ ਨਾ ਇਨ ਲੋਕੋ ਕੋ ਹੀ ਪਿਆਰ ਦੇਣਾ ਪੜਤਾ ਹੈ ਦੇਖੇ ਬੱਚੇ ਛੋਟੇ ਛੋਟੇ ਬੱਚੇ ਪਿਆਰ ਕਰਤੇ ਹੈ ਬੜੇ ਪਿਆਰ ਕਰਤੇ ਹੈ ਤੋ ਫਿਰ ਮੇਰੀ ਆਜ ਸੋਚ ਬਣੀ ਕਿ ਯਾਰ ਇਨਕੋ ਜਾ ਕੇ ਈਦ ਮਿਲਣੀ ਚਾਹੀਏ ਔਰ ਈਦ ਦੇਖੇ ਕਿਸ ਤਰ੍ਹਾਂ ਮੈਂ ਈਦ ਮਿਲ ਰਹਾ ਹੂੰ ਮੁਹੱਬਤ ਸੇ ਪਿਆਰ ਸੇ ਚੈਨਲ ਬਣਾਓ
ਬਲੌਗ ਚੈਨਲ ਲੱਗੇ ਆ ਜੀ, ਇਹ ਬਲੌਗ ਕਰੀਦੇ ਨੇ। ਹਰ ਬੰਦਾ ਰਿਸ਼ਤੇਦਾਰਾਂ ਨੂੰ ਮਿਲਦਾ ਅਤੇ ਦੂਜਿਆਂ ਨੂੰ ਵੀ ਮਿਲਣਾ ਚਾਹੀਦਾ। ਠੀਕ ਹੈ ਜੀ, ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। तो आप ही मेरी फैमिली है, सारा कुछ आप हैं, आपके लिए मैं सब कुछ करूंगा। बहुत शुक्रिया आप सब दोस्तों का। भाई भाई हूँ टुर चलिएगी, नहीं जाना जी, किथे जाना जी, ਕੀ ਅਸੀਂ ਇਹ ਘਰੋਂ ਇਸ ਲਈ ਆਏ ਹਾਂ ਕਿ ਤੁਸੀਂ ਸਾਰਾ ਦਿਨ ਸਾਨੂੰ ਇੱਥੇ ਬਾ ਕੇ ਅਤੇ ਰਾਤ ਨੂੰ ਘਰ ਲਾਈ ਜਾਣਾ? ਕੀ ਕਰਨਾ ਜੀ ਅਤੇ ਭਾਈ, ਕੋਈ ਫੜਾਓ ਟਰਾਓ ਸਾਨੂੰ ਕੁਛ ਖਵਾਓ। ਫੜਾਉਣਾ ਮੈਂ ਤੁਹਾਨੂੰ ਕੀ, ਮੈਂ ਫੜਾਵਾਂ ਡਰਾਵਾਂ ਤੁਹਾਨੂੰ ਕੀ ਕਰਾਂ ਯਾਰ, ਕੁਛ ਸਾਨੂੰ ਕੁਛ ਖਵਾਓ ਨਾ। ਤੈਨੂੰ ਮੈਂ ਸੁਬਾਹ ਦਾ ਕਿੰਨੀ ਵਾਰੀ ਮਿਲ ਬੈਠਾ ਮੈਂ ਸੁਬਾਹ, ਮੇਰੇ ਨਾਲ ਈਦ ਦੀ ਨਮਾਜ਼ ਪੜ੍ਹੀ ਸੀ, ਈਦ ਦੀ ਨਮਾਜ਼ ਪੜ੍ਹੀ ਦੇਖ ਕੀ ਹੁਣ ਮੈਂ ਵਲੌਗ ਹੀ ਤੈਨੂੰ ਈਦ ਮਿਲਣੀ, ਤੁਸੀਂ ਮਿਲਿਆ ਹੀ ਨਹੀਂ ਹੈ ਨਾ, ਈਦ ਦੀ ਨਮਾਜ਼ ਪੜ੍ਹਦਿਆਂ ਮਿਲਿਓ ਨਾ ਤੁਸੀਂ ਉਂਝ ਮਿਲਿਓ ਯਾਰ, ਈਦ ਦੀ ਨਮਾਜ਼ ਪੜ੍ਹਦਿਆਂ ਤੈਨੂੰ ਮਿਲਿਆ ਤੇ ਆਵਾਂ, ਮੇਰੀ ਗੱਲ ਸੁਣ, ਨਲਕੇ ਦੀ ਹੱਥੀ ਦੇ ਮੂੰਹ ਵਾਲਿਆ ਤੈਨੂੰ ਨਾ ਤੁਸੀਂ ਈਦ ਦਿੱਤੀ ਹੈ, ਆਹੋ ਹੈ ਤੇ ਗੱਲ ਈਦ ਤੇ ਦੇ ਦਿਓ ਨਾ ਭਾਈ, ਈਦ ਨਹੀਂ ਦਿੱਤੀ ਤੇ ਸਾਨੂੰ ਈਦ ਤੇ ਨਹੀਂ ਦਿੱਤੀ ਤੁਸੀਂ, ਉਹ ਤੇ ਦਵੋ ਨਾ ਭਾਈ। ਕੀ ਕਰੋ ਖਾ ਕੇ ਆਇਓ ਦੱਸੋ? ਮੈਂ ਸੇਵੀਆਂ ਖਾ ਗਿਆ। ਤੁਸੀਂ ਕੀ ਖਾ ਗਏ? ਮੈਂ ਵੀ ਸੇਵੀਆਂ ਖਾ ਗਿਆ। ਤੁਸੀਂ ਕੀ ਖਾ ਗਏ? ਮੈਂ ਕਰੀਮ ਭੱਲੇ ਖਾ ਗਿਆ। ਈਦ ਦਾ ਤਿਉਹਾਰ ਹੈ, ਖੁਸ਼ੀ ਦਾ ਦਿਨ ਹੁੰਦਾ ਤੇ ਇਸ ਖੁਸ਼ੀ ਦੇ ਦਿਨ ਚ ਹੋਇਆ ਕੀ ਸੀ ਇਹ ਮੈਨੂੰ ਦੱਸੋ ਨਾ, ਕਦੇ ਅਸੀਂ ਆਪ ਸਭ ਤੁਸੀਂ ਦੱਸੋ ਮੈਨੂੰ, ਨਹੀਂ ਤੁਸੀਂ ਆਪ ਦੱਸੋ, ਇਹ ਦੱਸੋ ਕਿ ਅੱਲਾ ਨੇ ਸਾਨੂੰ ਇੱਕ ਖੂਬਸੂਰਤ ਇੱਕ ਤੋਹਫਾ ਦਿੱਤਾ ਈਦ ਦਾ, ਕਿ ਅਸੀਂ ਪੂਰੇ ਰਮਜ਼ਾਨ ਦੇ ਵਿੱਚ ਰੋਜ਼ੇ ਰੱਖਦੇ ਹਾਂ, ਨਮਾਜ਼ਾਂ ਪੜ੍ਹਨੇ ਹਾਂ, ਉਹ ਪੜ੍ਹਨ ਤੋਂ ਬਾਅਦ ਅੱਲਾ ਪਾਕ ਨੇ ਸਾਨੂੰ ਇੱਕ ਦਿਨ ਐਸਾ ਖੂਬਸੂਰਤ ਤੋਹਫਾ ਦਿੱਤਾ ਹੈ। ਇਹ ਹਾਫਜ਼ੇ ਕੁਰਾਨ ਦੇ ਪਤਾ ਹੀ ਨਹੀਂ, ਕਹਿੰਦੇ ਪਤਾ ਹੀ ਨਹੀਂ ਕੀ ਹੋਇਆ। ਠੀਕ ਹੈ ਹਾਫਜ਼ਾ, ਵੈਸੇ ਸੁਣਾਉਣਾ ਕਰੋ ਅਤੇ ਇੱਕ ਖੂਬਸੂਰਤ ਤੋਹਫਾ, ਅਤੇ ਹੁਣ ਕੀ ਕਰਨਾ ਕੀ ਜੇ ਈਦ ਲੈਣ ਆਏ ਹਾਂ ਭਾਈ, ਕਿਹੜੀ ਈਦ ਭਾਈ? ਜਿਹੜੀ ਵੇਖੋ ਨਾ ਭਾਈ, ਮੇਰੀ ਗੱਲ ਸੁਣੋ, ਈਦ ਵਾਲੇ ਦਿਨ ਈਦ ਹੁੰਦੀ ਹੈ, ਈਦ ਵਾਲੇ ਤੇ ਅਸੀਂ ਸੁਬਾਹ ਦਾ ਇੰਤਜ਼ਾਰ ਕਰ ਰਹੇ ਹਾਂ 8 ਵਜੇ ਦਾ ਕਿ ਸਾਨੂੰ ਕੋਈ ਸ਼ੈ ਲੱਭਣੀ ਅੱਜ। ਅਸੀਂ ਸੁਬਾਹ ਦੇ ਕਦੀ ਇੰਜ ਜਾ ਰਹੇ ਹਾਂ, ਕਦੀ ਇੰਜ ਆ ਰਹੇ ਹਾਂ ਕਿ ਅਸੀਂ ਸਾਡੇ ਭਾਈ ਆਣਗੇ, ਸਾਨੂੰ ਈਦ ਮਿਲੇਗੀ। ਤੁਹਾਡੇ ਸਾਰ ਨਾਲ ਵਾਅਦਾ ਕੀਤਾ ਸੀ, ਤੁਹਾਨੂੰ ਫੜਾਵਾਂ ਡਰਾਵਾਂ, ਸਿਰਫ ਰਿਸ਼ਤੇਦਾਰਾਂ ਕੋਲ ਦੂਰ ਰਿਹਾ ਜੀ, ਵੇਖੋ ਜੀ ਅਸੀਂ ਤੁਸੀਂ ਸਾਡੇ ਵੱਡੇ, ਤੁਹਾਨੂੰ ਕਹਿਣਾ ਭਾਈ ਦੇ ਦਿਓ। ਅੱਛਾ ਈਦ ਵੇਖੋ, ਸਾਰੇ ਜਿਹਨੇ ਸੁਬਹ ਦੇ ਆਏ ਨੇ ਭਾਈ, ਤੁਹਾਡੀ ਮਿਹਰਬਾਨੀ ਦੇ ਦਿਓ ਯਾਰ, ਜਾਓ ਮੰਗਣ ਵਾਲੇ ਜਿਵੇਂ ਭੈਣ ਮੇਰੇ ਜਿਵੇਂ ਮੰਗਣ ਮੰਗ ਜਿਹੜੇ ਹੋ ਜਾਓ ਭਾਈ।
ਭਾਈ ਮੇਰੀ ਗੱਲ ਸੁਣੋ, ਇਹ ਸਭ ਨਾਲ ਵੱਡੇ ਮੰਗਤੇ ਨੇ, ਵੱਡੀ ਮਿਹਰਬਾਨੀ ਬਾਬਾ ਜੀ ਮੇਰੀ ਗੱਲ ਸੁਣੋ, ਤੁਸੀਂ ਵਡੇਰੇ ਆਦਮੀ ਹੋ, ਤੁਸੀਂ ਕਿਉਂ ਮੇਰੇ ਮਗਰ ਪਏ ਹੋ? ਤੁਸੀਂ ਨਹੀਂ ਦੇਦੇ ਯਾਰ, ਚਲੋ ਠੀਕ ਹੈ, ਤੁਸੀਂ ਉਂਝ ਦੇ ਦਿਓ ਨਾ, ਤੁਸੀਂ ਨਾ ਉਂਝ ਨਾ ਵਾਪਸ ਨੀ ਦਾਗੇ, ਤੁਸੀਂ ਉਂਝ ਦੇ ਦਿਓ ਭਾਈ। ਚਲੋ ਜੀ, ਨੋਟ ਅਲਾਉਦਰਾ ਮੇਰੇ ਹਿਸਾਬ ਨਾਲ ਲੱਭਣ ਲੱਗੀ ਜੇ, ਨਹੀਂ ਮੇਰੀ ਰਹਿੰਦੀ ਜੇ, ਮੇਰੀ ਰਹਿੰਦੀ ਜੇ ਭਾਈ। ਚਲੋ ਜੀ, ਐ ਲੋ, ਐ ਵੇਖੋ, ਐ ਵੇਖੋ, ਐ ਦਾ ਰੁਪਈਆ ਨਾ ਆਹ ਮੋਟੇ ਚ ਪਾ ਲੈ, ਚੱਲ ਐ ਵੇਖੋ, ਐ ਵੇਖੋ, ਕੋਈ ਚਾਹ ਨਹੀਂ ਜੇ, ਕੋਈ ਚਾਹ ਨਹੀਂ ਜੇ ਦਿੱਤੀ ਇਹਨਾਂ ਨੇ ਵੀ। ਦੂਸਰੇ ਵਲੋਗਰ ਵੀ ਇੰਜ ਹੀ ਕਰਦੇ ਹੋਣੇ ਨੇ ਸਾਡੇ ਹਿਸਾਬ ਨਾਲ, ਕੋਈ ਸ਼ੈ ਨੀ ਤੁਹਾਨੂੰ ਦਿੱਤੀ ਜੇ, ਕਿਹਨੂੰ ਲੱਭੀ ਜੇ? ਮੇਰੀ ਗੱਲ ਸੁਣੋ, ਓਏ ਕਿਹਨੂੰ ਲੱਭੀ ਜੇ? ਓਏ ਲੱਭੀ ਜੇ? ਓਏ ਝੂਠੇ ਹੋ, ਮੇਰੇ ਓਏ ਮੇਰੇ ਹਿਸਾਬ ਨਾਲ ਦੂਸਰੇ ਬਾਬਾ ਜੀ ਲੱਭੀ ਲੱਭੀ ਇਹ ਜੇ ਇਹਨਾਂ ਨੂੰ ਤੁਸੀਂ ਵੱਧ 200 ਰੁਪਈਆ ਦੇਣਾ ਜਿਵੇਂ ਦੂਸਰੇ ਕਰਦੇ ਨੇ ਵਲੋਗਰ। ਖਾਣੀ ਪੀਣੀ ਦੱਸੋ, ਆਓ ਭਾਈ, ਅਸੀਂ ਆਇਓ ਸਾਹਮਣੇ ਦਿਖਾਓ, ਆਓ ਦੇਖੋ ਭਾਈ, ਇਹੀ ਨੀ ਉਹ ਦੇਖੋ ਤੁਸੀਂ, ਇਹਨੂੰ ਬਾਈਕਾਟ ਕੀਤਾ ਵੇ। ਕਿਉਂ ਬਾਈਕਾਟ ਕੀਤਾ? ਉਹ ਫਲਸਤੀਨੀਆਂ ਦੀ ਵਜ੍ਹਾ ਤੋਂ। ਮੇਰੀ ਗੱਲ ਸੁਣ, ਮੈਂ ਇੱਕ ਤੁਹਾਨੂੰ ਅੱਜ ਇੱਕ ਗੱਲ ਦੱਸਾਂ ਜੀ ਜੀ, ਬਾਈਕਾਟ ਅਗਰ ਕੀਤਾ ਹੋਵੇ ਨਾ ਤੇ ਹਕੂਮਤ ਨੂੰ ਚਾਹੀਦਾ ਹਰ ਚੀਜ਼ ਬੰਦ ਕਰਨ। ਬਿਲਕੁਲ, ਅਸੀਂ ਬਾਈਕਾਟ ਕਰਾਂਗੇ, ਦੇਖੋ ਇਹ ਓਪਨ ਕਿਉਂ ਹੋ ਫਿਰ? ਜੀ ਜੀ ਬਿਲਕੁਲ, ਆਵਾਮ ਨੇ ਤੇ ਆਣਾ ਹੀ ਆਣਾ, ਜਾਂ ਓਪਨ ਨਾ ਕਰਾਓ। ਜਦੋਂ ਓਪਨ ਹੋਵੇਗੀ ਆਵਾਮ ਤੇ ਜਾਏਗੀ। ਕਿਹੜੀ ਚੀਜ਼ ਐਸੀ ਨਹੀਂ ਕਿ ਜਿਹੜੀ ਉਹਨਾਂ ਦੀ ਨਹੀਂ, ਅਸੀਂ ਖਾ ਰਹੇ ਹਰ ਚੀਜ਼ ਖਾ ਰਹੇ ਹਾਂ, ਹਰ ਚੀਜ਼ ਉਹਨਾਂ ਦੀ ਪਹਿਨ ਰਹੇ ਹਾਂ। ਵੇਖੋ ਜੀ, ਇਹ ਜਦੋਂ ਇਕੱਠੇ ਹੋਵਾਂਗੇ ਨਾ, ਇੱਕ 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 ਜਦੋਂ ਕੌਮ ਬਣਦੀ ਹੈ ਨਾ, ਜਿਵੇਂ ਇਮਰਾਨ ਖਾਨ ਸਾਹਿਬ ਨੇ ਸਾਡੇ ਮੁਰਸ਼ਿਦ ਨੇ ਗੱਲ ਕੀਤੀ ਹੈ ਕਿ ਇੱਕ ਕੌਮ ਬਣੋ, ਜਦੋਂ ਤੁਸੀਂ ਇੱਕ ਕੌਮ ਬਣੋਗੇ ਤੇ ਹਰ ਚੀਜ਼ ਠੀਕ ਹੋਏਗੀ। ਚਲ ਆਓ ਹੁਣ ਖਾਣੇ ਪੀਣੇ ਆ, ਤੇ ਭਾਈ ਜਾਨ ਮਾਜ਼ਰੇ ਦੇ ਨਾਲ, ਵੇਖੋ ਜੀ ਬਾਈਕਾਟ ਇੰਜ ਨਹੀਂ ਹੁੰਦਾ। ਖਾਣਾ ਪੀਣਾ ਕੀ ਜੀ? ਬਾਈਕਾਟ ਇੰਜ ਨਹੀਂ ਲੋਕ ਕੀਤੇ ਜਾਂਦੇ, ਤੇ ਨਾ ਇਸ ਤਰ੍ਹਾਂ ਲੋਕ ਕਰਦੇ ਨੇ। ਇਹ ਚੀਜ਼ਾਂ ਖੁਦ ਬੰਦ ਹੋਣ, ਹਕੂਮਤ ਕਰਾਏ। ਹਕੂਮਤ ਦਾ ਕੰਮ ਹੈ ਹਰ ਚੀਜ਼ ਨੂੰ ਬੰਦ ਕਰਾ ਦੇ। ਜੀ ਬਿਲਕੁਲ, ਤੇ ਫਿਰ ਅਸੀਂ ਨਾਲ ਆ, ਤੇ ਆਓ ਜੀ ਹੁਣ ਇੱਥੇ ਲੈ ਕੇ ਆਓ, ਇਹਨਾਂ ਨੂੰ ਮੈਂ ਖਵਾ ਲਗਾ ਜੀ ਸਾਰੇ। ਕੀ ਲੈਣੀ ਜੀ? ਤੁਸੀਂ ਮੇਰੇ ਕੱਪੜੇ ਲਵਾ ਲਓਗੇ, ਇਹ ਤਾਂ ਤੁਸੀਂ ਲੈਣੀ ਹੈ ਭਾਈ ਜਾਨ, ਇਹ ਦਿੱਤੀ ਤੁਹਾਡੇ ਸਾਹਮਣੇ ਦਿੱਤੀ, ਕਮੈਂਟ ਬੋਕਸ 'ਚ ਜ਼ਰੂਰ ਦੱਸਿਆ ਜੀ। ਅਤੇ ਹੁਣ ਅਸੀਂ ਚੱਲੇ ਹਾਂ ਜਿੱਤੇ ਜੀ, ਜਿਹੜਾ ਭਾਈਆ ਨੇ ਇਹ 350 ਲਾ ਕੀ ਇੱਕ ਐ ਕਰ ਦੋ, ਫਲੇਵਰ ਜੂਸ ਅੱਛਾ, ਚਲ ਇਹ ਕਰਦੇ ਠੀਕ। ਅਤੇ ਦੇਖੋ ਇਹਨਾਂ ਨੂੰ ਮੈਂ ਡੀਲ ਦਿੱਤੀ, ਇੱਧਰ ਆਓ ਭਾਈ ਸਾਰੇ ਪਿੱਛੇ ਆਓ, ਮੇਰੇ ਆਪਣੇ ਸਾਰੇ ਟੀਮ ਨੂੰ, ਐਵੇਂ ਦੀ ਸਾਰੀ ਟੀਮ ਹੈ, ਇਹਨਾਂ ਨੂੰ ਦੇਖੋ ਥੱਲੇ ਕਰੋ, ਹਾਂ ਆਪਣੀ ਸਾਰੀ ਟੀਮ ਨੂੰ ਡੀਲ ਦਿੱਤੀ ਹੈ। ਦੇਖ ਲਓ ਈਦ ਵਾਲੇ ਦਿਨ ਕਾਹਦੇ ਅਸੀਂ ਦਿੱਤੀ ਹੈ ਕਿ ਯਾਰ ਘਰ ਦੇ ਵਿੱਚ ਰਿਸ਼ਤੇਦਾਰ ਅਜੀਬ ਅਜੀਬ ਨਜ਼ਰਾਂ ਨਾਲ ਦੇਖਦੇ ਨੇ, ਬੁਰੀ ਬੁਰੀ ਨਜ਼ਰਾਂ ਨਾਲ ਦੇਖਦੇ ਨੇ, ਖਾਂਦੇ ਪੀਂਦਿਆਂ ਦੇਖਦੇ ਨੇ, ਅਤੇ ਅਸਾਂ ਇੱਕ ਚੀਜ਼ ਸੋਚੀ ਕਿ ਯਾਰ ਅਸੀਂ ਬਾਹਰ ਜਾ ਕੇ ਜ਼ਰਾ ਹੱਟ ਕੇ ਖਾਈਏ। ਤੁਸੀਂ ਸੋਚਦੇ ਹੋਣੇ ਮਰੋ ਬਰਗਰ ਹੀ ਖਾਧੇ ਜੀ, ਹੋਰ ਕੀ ਖਾਧਾ ਜੀ।
ਈਦ ਈਦ ਮੇਰੇ ਫੈਨ ਦੇਣਗੇ ਸਾਰੇ ਇਨਸ਼ਾਅੱਲਾ ਮੇਰੇ ਫੈਨ ਜਿੰਨੇ ਵੀ ਨੇ ਨਾ ਅਤੇ ਮੇਰੇ ਫੈਨ ਤੁਹਾਨੂੰ ਸਾਰੇ ਈਦ ਦੇਣਦੇ ਇਹ ਦੇਖੋ ਇਹ ਯਤੀਮ ਜੇ ਮਸਕੀਨ ਜੇ ਇਹਨਾਂ ਨੂੰ ਇਹ ਪਹਿਲਾਂ ਮੰਨੋ ਤੁਸੀਂ ਯਤੀਮ ਮਸਕੀਨ ਹੋ ਮੰਨੋ ਜਿਹੜਾ ਕਹੇਗਾ ਤੂੰ ਯਤੀਮ ਹੈ ਚੱਲ ਸਾਈਡ 'ਤੇ ਹੋ ਅੱਛਾ ਜੀ ਇਹ ਇਹਦੀ ਈਦ ਬਣ ਗਈ ਹਾਂਜੀ ਬਾਬਾ ਜੀ ਤੁਸੀਂ ਤੁਸੀਂ ਸ਼ਕਲੋਂ ਵੀ ਲੱਗਦੇ ਹੋ ਯਤੀਮ ਹਾਂਜੀ ਅਤੇ ਮਸਕੀਨ ਲਓ ਜੀ ਇਹ ਵੀ ਯਤੀਮ ਮਸਕੀਨ ਜੇ ਬਾਬਾ ਜੀ ਤੁਸੀਂ ਵੀ ਇੱਧਰ ਹੋਵੋ ਸਾਹਮਣੇ ਚਲੋ ਜੀ ਤੁਸੀਂ ਯਤੀਮ ਹੋ ਇਹ ਵੇਖ ਲਓ ਇਹਦਾ ਅੱਬਾ ਅਗਲੇ ਦਿਨ ਹਲੇ ਜਾ ਕੇ ਨਾ ਹੋਸਪਿਟਲ ਦਵਾਈ ਲੈ ਕੇ ਆਇਆ ਬੜਾ ਹਰਾਮੀ ਹੋ ਬੇਟਾ 6000 ਰੁਪਇਆ ਆਪਕਾ ਬਿੱਲ ਬਣਿਆ ਹੈ 6000 ਰੁਪਇਆ ਬਿੱਲ ਬਣਿਆ ਜੀ ਹੈਲੋ ਆਪ ਸਾਹਿਬ ਇਹ ਹਮਦਰਦ ਸਾਹਿਬ ਤੁਹਾਡੀ ਹੈਲੋ ਇਹ ਮੇਰੇ ਨੂੰ ਖਾਓ ਨਾ ਖਾਓ ਮੈਂ ਆਰਡਰ ਦੇ ਦਿੱਤਾ ਹੁਣ ਜਾਓ ਭਾਈ ਬਿੱਲ ਜਾਓ ਕੰਮ ਕਰੋ ਹੁਣ ਜਾ ਕੇ ਦੇਣਾ ਜੀ ਦਵੋ ਖਾਣਾ ਜੀ ਖਾਓ ਐਸੀ ਦੇ ਦਿੱਤੀ ਮੈਂ ਤਾਂ ਭਾਈ ਬਿੱਲ ਹਾਂਜੀ ਬਾਬਾ ਜੀ ਉਨੀਦ ਮਿਲ ਗਈ ਜੀ ਹਾਂਜੀ ਫਾਰ ਸਾਹਿਬ ਅਰੇ ਕਹਿਣਾ ਕਿਆ ਚਾਹਤੇ ਹੋ ਅੱਲਾ ਕਰੇ ਤੈਨੂੰ ਕਦੀ ਮਿਲੇ ਹੀ ਨਾ ਆਪ ਸਾਹਿਬ ਤੁਹਾਨੂੰ ਮਿਲ ਗਈ ਹੈ ਨਾ ਹਾਂਜੀ ਮੋਹਸਿਨ ਸਾਹਿਬ ਜਾਓ ਫਿਰ ਤੁਸੀਂ ਅਤੇ ਸੱਜਣੋ ਤੋਂ ਮਿੱਤਰੋ ਅਤੇ ਜਿਸ ਤਰ੍ਹਾਂ ਕਿ ਤੁਸੀਂ ਸਾਡੇ ਵਲੋਗ ਐਂਡ ਤੱਕ ਜੁੜੇ ਰਹੇ ਹੋ ਅਤੇ ਕਈਆਂ ਦੋਸਤਾਂ ਨੂੰ ਵੀ ਰੋਡ ਦੇ ਉੱਤੇ ਈਦ ਦੀ ਮਿਲ ਲਈ ਹੈ ਔਰ ਇਹ ਮੇਰੇ ਜਿਹੜੀ ਸਾਰੀ ਟੀਮ ਹੈ ਇਹ ਮੇਰੀ ਸਾਰੀ ਜਿਹੜੀ ਟੀਮ ਹੈ ਅਤੇ ਦੇਖੋ ਕਿੱਡਾ ਮਜ਼ਾ ਆਇਆ ਅਤੇ ਰਿਸ਼ਤੇਦਾਰਾਂ ਨੂੰ ਤਾਂ ਹਮੇਸ਼ਾ ਹੀ ਮਿਲਦੇ ਹੀ ਰਹਿਣਾ ਅਤੇ ਜਦੋਂ ਆਪਣੇ ਜਿਹੜਾ ਕਰੀਬੀ ਦਿਲ ਦੇ ਕਰੀਬ ਜਿਹੜਾ ਬੰਦਾ ਹੁੰਦਾ ਨਾ ਅਤੇ ਜਦੋਂ ਤੁਸੀਂ ਉਹਨੂੰ ਜਾ ਕੇ ਮਿਲਦੇ ਹੋ ਨਾ ਅਤੇ ਬੜਾ ਮਜ਼ਾ ਆਉਂਦਾ ਅਤੇ ਮੈਂ ਇੱਕ ਕੋਸ਼ਿਸ਼ ਕੀਤੀ ਸੀ ਕਿ ਯਾਰ ਰਾਤ ਨੂੰ ਇਹ ਸਾਰੀ ਟੀਮ ਨਾਲ ਬਹਿ ਕੇ ਇੱਕ ਕੋਸ਼ਿਸ਼ ਇਹਨਾਂ ਨਾਲ ਇਹ ਕੀਤੀ ਕਿ ਯਾਰ ਸੁਬਾਹ ਅਸਾਂ ਇੱਕ ਵੱਖਰੀ ਚੀਜ਼ ਬਣਾਉਣੀ ਹੈ ਅਤੇ ਬਾਅਦ ਵਿੱਚ ਤੁਸੀਂ ਕਮੈਂਟ 'ਚ ਦੱਸਣਾ ਕਿ ਵੱਖਰੀ ਹੀ ਕਿ ਨਵੀਂ ਹੀ ਕਿ ਪੁਰਾਣੀ ਹੀ ਬਰਗਰ ਤਾਂ ਤੁਸੀਂ ਹਮੇਸ਼ਾ ਤੁਸੀਂ ਵੀ ਖਾਂਦੇ ਰਹਿੰਦੇ ਹੋ ਅਸਾਂ ਵੀ ਦੇਖੋ ਜੀ ਬਰਗਰ ਜਿਹੜਾ ਸਿਰਫ ਬਰਗਰਾਂ 'ਤੇ ਬਹਿ ਗਿਆ ਕਿਉਂਕਿ ਇਹਨਾਂ ਈਦ ਦੀ ਮੰਗਣੀ ਸੀ ਅਤੇ ਈਦ ਦੀ ਇਹਨਾਂ ਨੇ ਬੜੀ ਵੱਡੀ ਮੰਗਣੀ ਸੀ ਅਤੇ ਇਹਨਾਂ ਨੂੰ ਈਦ ਹੀ ਦੇ ਛੱਡੀ ਹੈ ਅਤੇ ਦੋਸਤੋ ਵੀਰੋ ਜਿਹਦੇ ਜਿੱਥੋਂ ਤੱਕ ਮੈਨੂੰ ਤੁਸੀਂ ਦੇਖਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੇ ਅਤੇ ਸਾਡੇ ਵਲੋਗ 'ਚ ਹਮੇਸ਼ਾ ਜੁੜਿਆ ਰਿਹਾ ਜੇ ਅਤੇ ਛੋਟੀ ਛੋਟੀਆਂ ਗੱਲਾਂ ਲੈ ਕੇ ਆਵਾਂਗੇ ਆਪਣੀ ਟੀਮ ਦੇ ਨਾਲ ਅਤੇ ਤੁਹਾਡੀ ਸਪੋਰਟ ਤੁਹਾਡੀ ਮੁਹੱਬਤ ਅਤੇ ਤੁਹਾਡਾ ਪਿਆਰ ਚਾਹੀਦਾ ਕਿਉਂ ਜੀ ਸਾਰਿਆਂ ਨੂੰ ਦੱਸੋ ਦੱਸੋ ਤੁਸੀਂ ਅਮੀਰ ਅਫਜ਼ਲ ਸਾਹਿਬ ਤੁਸੀਂ ਛੱਡ ਦਿਓ ਇਹ ਬੋਤਲ ਜਿਹੜੀ ਇਹਨਾਂ ਉਹਨਾਂ ਨੇ ਕਿਹਾ ਸੀ 20 ਵਾਰੀ ਤੁਸੀਂ ਪੀ ਸਕਦੇ ਹੋ ਜਿੱਥੇ ਬਹਿ ਕੇ ਅਤੇ ਇਹ ਇਹਨੇ 21 ਵਾਰੀ ਪੀਤੀ ਹੈ ਬਹਿ ਕੇ ਕਿੰਨੀ ਵਾਰੀ ਪੀਤੀ ਆ 15 ਦਫ਼ਾ ਵੇਖ ਲਵੋ ਅਤੇ ਦੋਸਤੋ ਵੀਰੋ ਅਤੇ ਬਹੁਤ ਸ਼ੁਕਰੀਆ ਤੁਹਾਡਾ ਬੜੀ ਪਿਆਰ ਔਰ ਮੁਹੱਬਤ ਦਾ ਅਤੇ ਇਹ ਨਹੀਂ ਸੋਚਿਆ ਜੇ ਕਿ ਯਾਰ ਤੁਸੀਂ ਇਹ ਹਮੇਸ਼ਾ ਓਪਨਿੰਗ ਵੀ ਅਤੇ ਐਂਡ ਵੀ ਤੁਸੀਂ ਗੱਡੀ 'ਚ ਬਹਿ ਕੇ ਕਰਦੇ ਹੋ ਭਾਈ ਜਾਨ ਸਾਡੇ ਕੋਲ ਗੱਡੀ ਕਾਰ ਕੋਈ ਕਾਰ ਤੁਸਾਂ ਲੈ ਕੇ ਆਉਂਦੇ ਨਾ ਸਾਰੇ ਦੋਸਤਾਂ ਪਾਕਿਸਤਾਨ ਜ਼ਿੰਦਾਬਾਦ ਵਿਲੇ